ਪੰਜਾਬ ਵਿੱਚ ਨੰਬਰਦਾਰਾਂ ਵੱਲੋਂ ਆਪਣੀ ਯੂਨੀਅਨ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਬਲਾਕ ਤਲਵੰਡੀ ਸਾਬੋ ਨੇ ਆਪਣੀ ਯੂਨੀਅਨ ਦਾ ਸਥਾਪਨਾ ਦਿਵਸ ਬਲਾਕ ਪ੍ਰਧਾਨ ਭਾਕਰ ਸਿੰਘ ਦੀ ਅਗਵਾਈ ਵਿੱਚ ਤਲਵੰਡੀ ਸਾਬੋ ਦੇ ਸ੍ਰੀ ਮਸਤੂਆਣਾ ਸਾਹਿਬ ਵਿੱਚ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਉਣ ਉਪਰੰਤ ਕਥਾ ਕੀਰਤਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਕਿਲੀ ਸਮੇਤ ਜ਼ਿਲ੍ਹੇ ਦੇ ਨੰਬਰਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਚੋਣਾਂ ਵਿੱਚ ਦਿੱਤੇ ਸਾਹ ਦਾ ਨੰਬਰਦਾਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਇਸ ਮੌਕੇ ਕਿਹਾ ਕਿ ਉਹ ਨੰਬਰਦਾਰਾਂ ਦੇ ਨਾਲ ਖੜ੍ਹੇ ਹਨ ਅਤੇ ਹਰ ਸਮੇਂ ਸਰਕਾਰ ਤੋਂ ਪਹਿਲ ਦੇ ਆਧਾਰ 'ਤੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣਗੇ। ਇਸ ਸਮਾਗਮ ਦੇ ਅੰਤ ਵਿੱਚ ਬਲਾਕ ਪ੍ਰਧਾਨ ਭਾਕਰ ਸਿੰਘ, ਗੁਰਦੀਪ ਸਿੰਘ ਬੰਗੀ, ਜਗਤਾਰ ਸਿੰਘ ਅਤੇ ਬਲਕਰਨ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੀ ਕਿਹਾ ਬਲਾਕ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਲੋਕਾਂ ਦੇ ਹਰ ਉਸ ਮਸਲੇ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਇਸ ਵੇਲੇ ਯਾਨੀ ਕਿ ਸਾਰੇ ਪਿੰਡਾਂ 'ਚ ਪਹੁੰਚੇ ਹੋਏ ਨੰਬਰਦਾਰ ਤੁਸੀਂ ਸਾਰੇ ਬੈਠੇ ਹੋ ਅਤੇ ਮੈਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ। ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਕਿ ਪੂਰਾ ਪੰਜਾਬ ਇਸ ਦਿਨ ਦੀ ਉਡੀਕ ਦੇ ਵਿੱਚ ਸੀ ਕਿ ਕਦੋਂ ਆਮ ਲੋਕਾਂ ਦੀ ਵਾਰੀ ਆਵੇ, ਕਦੋਂ ਆਮ ਲੋਕ ਨੁਮਾਇੰਦਗੀ ਕਰਨ। ਬੜਾ ਲੰਬਾ ਟਾਈਮ ਹੋ ਗਿਆ ਸੀਗਾ ਕਿ ਕੋਈ ਤੀਸਰਾ ਬਦਲ ਨਿਕਲ ਕੇ ਆਵੇ ਅਤੇ ਇੱਕ ਰਾਹਤ ਭਰਿਆ ਮਾਹੌਲ ਜਿਹੜਾ ਲੋਕਾਂ ਨੂੰ ਮਿਲੇ, ਸਿਖਾਵਾਂ ਮਾਹੌਲ ਮਿਲੇ ਕੰਮ ਕਰਨ ਦਾ। ਸੋ ਹਾਲੇ ਭਾਵੇਂ ਥੋੜ੍ਹੇ ਦਿਨ ਹੋਏ ਆ, 15-20 ਦਿਨ, ਅਤੇ 15-20 ਦਿਨਾਂ ਦੇ ਵਿੱਚ ਹੀ ਪੂਰੇ ਪੰਜਾਬ ਦੀ ਫੀਡਬੈਕ ਐਸੀ ਆ ਕਿ ਇੱਕ ਸੌਖਾ ਜਿਹਾ ਮਾਹੌਲ ਲੋਕਾਂ ਨੂੰ ਮਿਲਿਆ ਪਹਿਲੀ ਵਾਰੀ ਕੰਮ ਕਰਨ ਨਾਲ। ਅਤੇ ਹਰ ਕਿਸੇ ਨੂੰ ਇਹ ਮਹਿਸੂਸ ਹੋ ਰਿਹਾ ਕਿ ਸੱਚਮੁੱਚ ਹੀ ਜਿਹੜੀ ਸਰਕਾਰ ਆ ਉਹ ਬਦਲ ਗਈ ਆ, ਕਿ ਸੱਚਮੁੱਚ ਹੀ ਸਾਡੀ ਆਪਦੀ ਵਾਰੀ ਆ ਗਈ। ਸੋ ਮੈਂ ਪਹਿਲਾਂ ਤਾਂ ਥੋੜ੍ਹਾ ਜਿਹਾ ਲੇਟ ਹਾਂ ਕਿਉਂਕਿ ਉੱਥੇ ਸਾਰੇ ਮਿਲਣ ਗਿਣ ਵਾਲੇ ਆ ਜਾਂਦੇ ਆ, ਅਤੇ ਮੈਂ ਆਪ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ, ਬਹੁਤ ਰਿਣੀ ਹੈ ਕਿ ਤੁਸੀਂ ਸਾਰਿਆਂ ਨੇ ਵੱਧ ਚੜ੍ਹ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ, ਸਹਿਯੋਗ ਦਿੱਤਾ, ਸਰਕਾਰ ਬਣਾਈ ਆ। ਔਰ ਇਸ ਤਲਵੰਡੀ ਸਾਬੋ ਦੇ ਇਤਿਹਾਸ ਨੂੰ ਜਿਹੜਾ ਸੋਚਦੇ ਹੁੰਦੇ ਸੀਗੇ, ਕਹਿੰਦੇ ਜੀ ਇਹ ਤਾਂ ਇੱਕ ਹਿਸਟਰੀ ਬਣ ਗਈ, ਅੱਗੇ ਜੇ ਤਾਂ ਸਰਕਾਰ ਬਣ ਜਾਂਦੀ MLA ਨਹੀਂ ਜਿੱਤਦਾ, ਜੇ MLA ਜਿੱਤ ਜਾਂਦਾ ਤਾਂ ਸਰਕਾਰ ਨਹੀਂ ਬਣਦੀ। ਸੋ ਯਾਨੀ ਕਿ ਉਹ ਜਿਹੜੀ ਤੁਰੀ ਆਉਂਦੀ ਸੀਗੀ ਕਹਾਣੀ ਇੱਕ ਜੁੜੀ ਹੋਈ ਨਾਲ, ਉਹਨੂੰ ਤੁਸੀਂ ਸਾਰਿਆਂ ਨੇ ਬ੍ਰੇਕ ਕੀਤਾ ਗਾ। ਔਰ ਮੈਂ ਇਸ ਗੱਲ ਦਾ ਭਰੋਸਾ ਯਕੀਨ ਤੁਹਾਨੂੰ ਸਭ ਨੂੰ ਦਿਵਾਉਂਦੀ ਹਾਂ ਕਿ ਆਪਾਂ ਸਭ ਨੇ ਇਕੱਠੇ ਹੋ ਕੇ ਕੰਮ ਕਰਨਾ ਹੈ। ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਊਗਾ ਜਿੱਥੇ ਕਿਸੇ ਦਾ ਨੁਕਸਾਨ ਹੋਊਗਾ, ਜਿੱਥੇ ਕਿਸੇ ਦਾ ਮਨ ਦੁੱਖੂਗਾ, ਜਿੱਥੇ ਕਿਸੇ ਨੂੰ ਮਤਲਬ ਦੁੱਖ ਭਰੇ ਉਹਦੇ ਨਾਲ ਦੇਖਣਾ ਪਵੇ, ਇਹੋ ਜਿਹਾ ਕੋਈ ਕੰਮ ਨਹੀਂ। ਸੋ ਕੋਸ਼ਿਸ਼ ਰਹੂਗੀ ਕਿ ਅਫਸਰਾਂ ਨੂੰ ਨਾਲ ਲਿਆ ਕੇ ਤੁਹਾਡੇ ਕੋਲ ਬਿਠਾ ਕੇ ਕੰਮ ਕਰਾਇਆ ਜਾਵੇ। ਸੋ ਆਪ ਸਭ ਦਾ ਬਹੁਤ ਧੰਨਵਾਦ ਆ, ਜਿੱਥੇ ਕਿਤੇ ਵੀ ਮੇਰੀ ਲੋੜ ਆ। ਉੱਧਰ ਇਸ ਮੌਕੇ ਨੰਬਰਦਾਰ ਯੂਨੀਅਨ ਨੇ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਸਨਮਾਨਿਤ ਕੀਤਾ ਅਤੇ ਬਲਾਕ ਪ੍ਰਧਾਨ ਨੇ ਇਸ ਮੌਕੇ ਕੀ ਕਿਹਾ ਉਹ ਵੀ ਤੁਸੀਂ ਆਪ ਹੀ ਸੁਣ ਲਓ। ਹਾਂਜੀ, ਕੀ ਨਾਂ ਤੁਹਾਡਾ? ਕੀ ਨਾਂ? ਭਾਕਰ ਸਿੰਘ, ਨੰਬਰਦਾਰ, ਤਹਿਸੀਲ ਪ੍ਰਧਾਨ ਤਲਵੰਡੀ ਸਾਬੋ। ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਸਥਾਪਨਾ ਦਿਵਸ? ਅੱਜ ਅਸੀਂ ਜਿਹੜਾ ਹੈਗਾ ਪੰਜਾਬ ਨੰਬਰਦਾਰ ਯੂਨੀਅਨ ਦਾ ਸਥਾਪਨਾ ਦਿਵਸ ਮਨਾਉਣ ਵਾਸਤੇ ਇੱਥੇ ਇਕੱਤਰ ਹੋਏ ਹਾਂ ਗੁਰੂ ਘਰ ਵਿਖੇ। ਜਿਹੜਾ ਹੈਗਾ ਸਾਰੇ ਇਕੱਤਰ ਹੋ ਕੇ ਜਿਹੜਾ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਵੀ ਜਿਹੜੀ ਪੰਜਾਬ ਨੰਬਰਦਾਰ ਯੂਨੀਅਨ ਹੈ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹੇ, ਅਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬੀਆਂ ਵਾਸਤੇ ਕੁਛ ਹੀ ਦਿਨਾਂ ਵਿੱਚ ਜਿਹੜੇ ਐਲਾਨ ਕੀਤੇ ਨੇ ਲੋਕ ਪੱਖੀ ਐਲਾਨ, ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ। ਔਰ ਇਸ ਮੌਕੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਨੇ ਨੰਬਰਦਾਰਾਂ ਦੀਆਂ ਮੰਗਾਂ ਪ੍ਰਤੀ ਕੀ ਕਿਹਾ ਉਹ ਵੀ ਤੁਸੀਂ ਆਪ ਹੀ ਸੁਣ ਲਓ। ਕੀ ਨਾਂ ਸਰ ਤੁਹਾਡਾ? ਬਲਜਿੰਦਰ ਸਿੰਘ ਕਿਲੀ, ਜ਼ਿਲ੍ਹਾ ਪ੍ਰਧਾਨ, ਪੰਜਾਬ ਨੰਬਰ 6743 ਬਠਿੰਡਾ। ਹਾਂਜੀ, ਕੀ ਕਹਿਣਾ ਚਾਹੁੰਦਾ? ਨੰਬਰਦਾਰ ਦੀਆਂ ਸਰਕਾਰ ਆਹ ਨਵੀਂ ਆਈ ਹੈ, ਤੁਸੀਂ ਮੰਗ ਪੱਤਰ ਵੀ ਦਿੱਤਾ, ਸਰਕਾਰ ਨੂੰ ਵੀ ਸਹਿਯੋਗ ਦਿੱਤਾ ਬਣਾਉਣ 'ਚ, ਕਿਵੇਂ ਲੱਗਦਾ ਤੁਹਾਨੂੰ? ਕਿਸ ਤੋਂ ਕੀ ਕਹਿਣਾ ਚਾਹੁੰਦਾ? ਜੋ
आप दी सरकार बनी है, सरबत संघ सिंह मान जी सी एम बने हैं, असं उन्होंने बहुत बहुत मुबारकबाद दें और असं यह भी गल कहनी चाहते हैं कि नंबरदार ने यह सरकार में बहुत बड़ा सहयोग दिता है और असं भी सरकार तो आस करते हैं कि जिस तरह इन्होंने वादे किए लोगों के नाल भी रिश्वतखोरी बंद करा जो माफी है भलाओं ट्रांसपोर्ट माफी है भलाओं शराब माफी है किसी तरह की माफी है सारे असं बंद करा और जो जिस तरह भी इन्हों करना चाहिए जिमें उन्होंने ऐलान किए हैं कुछ भी जो रिश्वत लेंदे है वो उन्होंने जरूर फड़ना चाहिए जो फड़े भी है वो बहुत वधिया गल है पर एक मैं बेनती जरूर करूँगा जिस तरह गवर्नर साहब ने भाषण के कहा नंबरदारा के बारे भी कि नंबरदार सारे मिलकर यह रिश्वतखोरी करते हैं पर मैं एक बेनती करनी चाहना भी जो तुम कहा भी आंगनवाड़ी वर्करा भत्ता देवे बहुत वधिया गल है शलाघा करते हैं पर जो नंबरदार है वो सारे इस तरह नहीं करते जे कोई नंबरदार करता भी है उन्होंने सख्त सज़ा कानून तक दी जाए और नंबरदार उन्होंने मदद कभी भी नहीं करूंगी। दर्शन सिंह सरदार दर्शन सिंह नंबरदार पिंड रथाणा तहसील प्रधान मुश्किलों तो हर फील्ड च ही सूँ आ हर फील्ड चुनौतियां होंदिया गई जो तुम कोई नवा काम शुरू करते हो नवे काम रही तुम जवाब दे नंबरदार पीढ़ी दर पीढ़ी असं इस काम से विचरते आए हैं तो सानू चुनौतियां तो नहीं लगदियां कोई भी काम हों तो चुनौतियां बंदे जो हुण तक कबूल भी करनी चाहीदियां ने पर सरकार जो नवा बनी है सरदार भगवंत सिंह मान की असं उन्होंने बधाई दें लोगों ने एक तब्दीली की आस रख के नवे सिरों पंजाब नूं सिरजण की कोशिश की असी मान सरकार तो भी आस करते हैं कि नंबरदार उन्हां नूं पूरा सहयोग देणगे ते वो इस सहयोग लैण लई जो भी साडियां ड्यूटियां लैण लाउणगे असी उन्हां ते पूरा विचारां ही होणे जी जिहड़ा मतलब बदलाव है पंजाब जी ते हुण असी भी कहणे आ वी जिहड़ा बदलाव उहदा असी भी पार्ट बणीए जी जिहड़ा बदलाव है वह जमीनी थल्यों भी आवे तां तो हुकम होवे ते थल्यों उह लागू होवे जी क्योंकि जिहड़ा सिस्टम है जी जिहड़ा हुण तुसीं क्वेश्चन किया साडे प्रधान जी नूं भी गुलाबी सूंडी का मुआवजा नहीं टेंशन मिलिया जां होर सिस्टम वो ये है भी जिहड़ा सिस्टम है पहलां दा रिकॉर्ड है जी इन्ना मेनटेन नहीं जिवें हुण सांझे खाते होए पए है जी तकसीमां नहीं होईआं जी गुरदौरियां दा चक्कर है जी मतलब इन्ना रिकॉर्ड हजे बैक फिरदा है जिवें अपना पंजाब बैक फिरदा दूजे सूबिआं नालों उहनूं इक्के दम हौली हौली उत्थे भर्ती हो के नवे मुलाजम भर्ती होण साडा हुण नंबरदार तबका भी हुण देखना यह होगा कि नंबरदारां दीआं मंगां पंजाब सरकार कदों पूरी करदियां है यह तो समा ही दसेगा। तलवंडी साबो तो ब्यूरो रिपोर्ट चढ़दा पंजाब खबरनामा खबरनामे दीआं खबरां लई चैनल लाइक ते सबसक्राइब करो ते फेसबुक पेज भी जरूर शेयर करो जी।